श्री मुक्तसर साहब विच ठेका मुलाजमां वालों वख-वख थावां ते रैलियां मुजाहरे करके पंजाब सरकार दी कारपोरेट पक्षी अते किसान मजदूर ते मुलाजम विरोधियां नीतियां नूं नंगा कीता है। ठेका मुलाजम वालों श्री मुक्तसर साहब के बिजली विभाग तो चल के कोटकपुरा चौक तक रोस प्रदर्शन राही मांग की गई है कि पंजाब सरकार आउटसोर्स अते इनलिस्टमेंट ठेका मुलाजमां नाल कीती जा रही वितकरेबाजी नूं बंद करे अते सरकारी विभागों के निजीकरण की नीति नूं रद्द करके आउटसोर्सज भर्ती की थां रैगूलर भर्ती का प्रबंध करे। मेरा नाम विक्रमजीत सिंह है, जिला आगू ठेका मुलाजम संघर्ष मोर्चा पंजाब। असी लंबे समय तो ਵੱਖ-ਵੱਖ ਵਿਭਾਗਾਂ ਦੇ ਵਿੱਚ ਆਊਟਸੋਰਸ ਲਿਸਟਮੈਂਟ ਕੰਟਰੈਕਟ ਠੇਕੇਦਾਰਾਂ ਦੇ ਥਰੂ ਕੰਪਨੀਆਂ ਦੇ ਥਰੂ ਰੱਖੇ ਹੋਏ ਕੱਚੇ ਮੁਲਾਜ਼ਮ ਆ। ਉਹ ਕੱਚੇ ਮੁਲਾਜ਼ਮ ਜਿਹੜੇ 10-15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਕਰ ਰਹੇ ਆ, ਪਰ ਸਰਕਾਰਾਂ ਬਦਲ ਰਹੀਆਂ ਪਰ ਸਾਡੀ ਕੋਈ ਵੀ ਸਾਰ ਨਹੀਂ ਲੈ ਰਿਹਾ। ਉਸੇ ਤਰ੍ਹਾਂ ਤੇ ਅੱਜ ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਲਿਖਿਆ ਹੋਇਆ ਪੁਰਾਣਾ ਪ੍ਰੋਗਰਾਮ ਹੈ, ਜਿਹੜਾ ਸ਼ਹੀਦ ਊਧਮ ਸਿੰਘ ਜਿਹੜੇ ਆਪਣੇ ਦੇਸ਼ ਦੇ ਸੁਤੰਤਰਤਾ ਸੈਲਾਨੀ ਸੀ ਕਿ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਯਾਦ ਕਰਾਉਣ ਲਈ ਆਪਣੀ ਸ਼ਹੀਦੀ ਦਿੱਤੀ ਸੀਗੀ ਅਤੇ ਜਲਿਆਂਵਾਲੇ ਬਾਗ ਦੇ ਵਿੱਚ ਹੋਏ ਕਾਂਡ ਦਾ ਬਦਲਾ ਲੈਣ ਲਈ ਉਹਨਾਂ ਨੇ ਲੰਡਨ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਗੋਲੀਆਂ ਮਾਰੀਆਂ ਸੀਗੀਆਂ। ਸੋ ਉਸੇ ਤਰ੍ਹਾਂ ਤੇ ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਊਧਮ ਸਿੰਘ ਜੀ ਦੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਪ੍ਰੋਗਰਾਮ ਲਿਖਿਆ। ਮੇਰਾ ਨਾਮ ਅੰਗਰੇਜ ਸਿੰਘ ਹੈ ਜੀ। ਕਿਸ ਮਕਸਦ ਨੂੰ ਲੈ ਕੇ ਅੱਜ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਹੈ, ਚੌਂਕ ਦੇ ਵਿੱਚ ਤੁਸੀਂ ਅੱਜ ਮੁਜ਼ਾਹਰਾ ਕਰ ਰਹੇ ਹੋ, ਕੀ ਕਾਰਨ ਕੀ ਹੈਗਾ, ਕਿਹੜੀਆਂ ਮੰਗਾਂ ਸਾਡੀਆਂ ਜੀ? ਕਾਫੀ ਲੰਮੇ ਸਮੇਂ ਤੋਂ ਅਸੀਂ ਠੇਕੇਦਾਰ ਦੇ ਥਰੂ ਵੱਖ-ਵੱਖ ਵਿਭਾਗਾਂ ਦੇ ਵਿੱਚ ਠੇਕੇ 'ਤੇ ਕੰਮ ਕਰਦੇ ਹੈਗੇ ਆ ਜੀ। ਅਸੀਂ ਆਊਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜ਼ਮ ਹਾਂ। ਅਸੀਂ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਤੇ ਅੱਜ ਤੱਕ ਸਾਡੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਅਸੀਂ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਹਾਂ, ਜੋ ਕਿ ਅਸੀਂ ਕਾਫੀ ਲੰਮੇ ਸਮੇਂ ਤੋਂ 10-15 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ। ਪਰ ਅਸੀਂ ਪਿਛਲੀਆਂ ਸਰਕਾਰਾਂ ਦੇ ਵੀ ਤਹਿਤ ਅਸੀਂ ਸੰਘਰਸ਼ ਵਿੱਢਦੇ ਰਹੇ ਹਾਂ, ਪਰ ਉਹਨਾਂ ਸਰਕਾਰਾਂ ਨੇ ਵੀ ਸਾਨੂੰ ਇਹੀ ਲਾਰੇ ਲਾਉਂਦੇ ਰਹੇ ਆ ਕਿ ਅਸੀਂ ਜਿਹੜੇ ਇਹ 36,000 ਮੁਲਾਜ਼ਮਾਂ ਜਿਹੜੇ ਉਹ ਪੱਕੇ ਕਰ ਰਹੇ ਆ, ਪਰ ਅੱਜ ਤੱਕ ਕੋਈ ਵੀ ਪਿਛਲੀਆਂ ਚਾਹੇ ਬਾਦਲ ਸਰਕਾਰ ਲੈ ਲਓ, ਚਾਹੇ ਕੈਪਟਨ ਸਰਕਾਰ ਲੈ ਲਓ, ਚਾਹੇ ਚੰਨੀ ਸਰਕਾਰ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਇਹ ਜਿਹੜੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਜਿਹੜੇ ਆਊਟਸੋਰਸਿੰਗ ਰਾਹੀਂ ਮੁਲਾਜ਼ਮ ਜਿਹੜੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਆ, ਅੱਜ ਤੱਕ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਗਈ। ਕਿਉਂਕਿ ਸਰਕਾਰਾਂ ਨੇ ਹੁਣ ਜੇ ਗੱਲ ਕਰੀਏ ਇਸ ਆਮ ਆਦਮੀ ਸਰਕਾਰ 'ਤੇ, ਤਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਠੇਕੇਦਾਰ ਜਿਹੜੇ ਵੀ ਠੇਕੇ 'ਤੇ ਕੰਮ ਕਰਦੇ ਆ ਮੁਲਾਜ਼ਮ, ਉਹਨਾਂ ਨੇ ਇਹੀ ਵਾਅਦਾ ਕੀਤਾ ਸੀ ਕਿ ਜਦੋਂ ਵੀ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਅਸੀਂ ਜਿਹੜਾ ਇਹ ਹਰਾ ਪੈਨ ਆ ਇਹ ਤੁਹਾਡੇ ਠੇਕੇ ਵਾਲਿਆਂ ਵਾਸਤੇ ਅਸੀਂ ਹਰਾ ਪੈਨ ਚਲਾਵਾਂਗੇ ਤੇ ਤੁਹਾਨੂੰ ਵਿਭਾਗਾਂ ਦੇ ਵਿੱਚ ਲੈ ਕੇ ਪੱਕੇ ਕਰਾਂਗੇ, ਰੈਗੂਲਰ ਕਰਾਂਗੇ।